ਇੱਕ ਰੰਗਲੇ ਸੱਜਣ ਨੂੰ, ਇੱਕ ਵੱਡੇ ਭਰਾ ਨੂੰ, ਇੱਕ ਵੱਡੇ ਦਾਨਿਸ਼ਮੰਦ ਬੰਦੇ ਨੂੰ ਅੱਜ ਉਹਨਾਂ ਦੀ ਅੰਤਿਮ ਅਰਦਾਸ ਸ਼ਾਮਿਲ ਹੋਣ ਲਈ ਆਇਆ। ਉਹਨਾਂ ਦੀ ਹਮੇਸ਼ਾ ਹੀ ਇਹੀ ਇਸੇ ਗੱਲ ਦੇ ਉੱਤੇ ਤਤਪਰ ਰਹਿੰਦੇ ਸੀ ਕਿ ਕੁਛ ਨਾ ਕੁਛ ਕੀਤਾ ਜਾਵੇ, ਪੰਜਾਬ ਲਈ ਕੀਤਾ ਜਾਵੇ, ਪੰਜਾਬੀਅਤ ਲਈ ਕੀਤਾ ਜਾਵੇ, ਪੰਜਾਬੀ ਜ਼ਬਾਨ ਲਈ ਕੀਤਾ ਜਾਵੇ। ਉਹਨਾਂ ਨੇ ਸਾਰੀ ਆਪਣੀ ਜ਼ਿੰਦਗੀ ਜਿਹੜੀ ਹੈਗੀ ਆ ਉਹ ਪੰਜਾਬੀਅਤ ਦੇ ਲੇਖੇ ਲਾਈ ਹੈ। ਸੰਸਕਾਰ ਤੇ ਵੀ ਪਹੁੰਚੇ ਸੀ, ਅੱਜ ਭੋਗ ਤੇ ਵੀ ਪਹੁੰਚੇ ਹੋ, ਕਿਵੇਂ ਦੇਖਦੇ ਹੋ ਕਿ ਜਿਸ ਨਾਲ ਬਹਿ ਕੇ ਕਦੀ ਗੱਲਾਂ ਕੀਤੀਆਂ ਹੁੰਦੀਆਂ ਉਹਦੀ ਭੋਗ ਤੇ ਆਏ ਅੱਜ, ਕਿਵੇਂ ਦਾ ਮਹਿਸੂਸ ਹੁੰਦਾ? ਦੇਖੋ, ਇੱਕ ਰੰਗਲੇ ਸੱਜਣ ਨੂੰ, ਇੱਕ ਵੱਡੇ ਭਰਾ ਨੂੰ, ਇੱਕ ਵੱਡੇ ਦਾਨਿਸ਼ਮੰਦ ਬੰਦੇ ਨੂੰ ਅੱਜ ਉਹਨਾਂ ਦੀ ਅੰਤਿਮ ਅਰਦਾਸ ਸ਼ਾਮਿਲ ਹੋਣ ਲਈ ਆਇਆ, ਸਲੂਟ ਕਰਨ ਆਇਆ। ਉਹਨਾਂ ਦੀਆਂ ਜੋ ਉਹਨਾਂ ਨੇ ਇਸ ਸਮਾਜ ਦੇ ਵਿਚ ਰਹਿ ਕੇ ਵਿਚਰੇ ਨੇ, ਜੋ ਕੰਮ ਕੀਤੇ ਨੇ, ਜਿਸ ਤਰ੍ਹਾਂ ਦੀਆਂ ਲਿਖਤਾਂ ਲਿਖੀਆਂ ਨੇ, ਜੋ ਸਿਹਤ ਸਾਨੂੰ ਲੋਕਾਂ ਨੂੰ ਦਿੱਤਾ ਪੰਜਾਬੀਆਂ ਨੂੰ, ਉਹ ਕਦੇ ਵੀ ਇਸ ਕੈਨਵਸ ਚੋਂ ਅਲੋਪ ਨਹੀਂ ਹੋਊਗਾ। ਸਦਾ ਸੁਰਜੀਤ ਪਾਤਰ ਦਾ ਨਾਮ ਗੂੰਜੂਗਾ ਤੇ ਪਾਤਰ ਸਾਹਿਬ ਦੀ ਬਹੁਤ ਵੱਡੀ ਕੰਟਰੀਬਿਊਸ਼ਨ ਰਹੀ ਹੈ ਸਾਡੀ ਮਾਂ ਬੋਲੀ ਦੇ ਲਈ, ਸਾਡੇ ਪੰਜਾਬ ਦੇ ਲਈ, ਸਾਡੀ ਪੰਜਾਬੀਅਤ ਦੇ ਲਈ। ਸਿਆ ਜੋ ਸਰੰਗਲੇ ਸੱਜਣ ਨੂੰ ਅਰਦਾਸ ਕਰਨ ਆਇਆ ਕਿ ਸੱਚੇ ਪਾਤਸ਼ਾਹ ਉਹਨਾਂ ਨੂੰ ਆਪਣੇ ਚਰਨਾਂ ਚ ਨਿਵਾਸ ਬਖਸ਼ੇ ਤੇ ਪਰਿਵਾਰ ਨੂੰ ਪਾਣਾ ਮੰਨਣ ਦਾ ਬਣ ਬਖਸ਼ੇ। ਇੱਕ ਅਜਿਹੀ ਯਾਦ ਜੋ ਕਹਿੰਦੇ ਸੀ ਕਿ ਮੈਂ ਪੰਜਾਬੀ ਇੰਡਸਟਰੀ ਵਿਚ ਇਹ ਬਦਲਾਵ ਦੇਖਣਾ ਚਾਹੁੰਦਾ ਆਉਣ ਵਾਲੇ ਟਾਈਮ ਚ, ਕਹਿੰਦੇ ਸੀ ਕੁਛ? ਦੇਖੋ, ਉਹਨਾਂ ਦੀ ਹਮੇਸ਼ਾ ਹੀ ਇਹੀ ਇਸੇ ਗੱਲ ਦੇ ਉੱਤੇ ਤਤਪਰ ਰਹਿੰਦੇ ਸੀ ਕਿ ਕੁਛ ਨਾ ਕੁਛ ਕੀਤਾ ਜਾਵੇ, ਪੰਜਾਬ ਲਈ ਕੀਤਾ ਜਾਵੇ, ਪੰਜਾਬੀਅਤ ਲਈ ਕੀਤਾ ਜਾਵੇ, ਪੰਜਾਬੀ ਜ਼ਬਾਨ ਲਈ ਕੀਤਾ ਜਾਵੇ। ਤੇ ਉਹਨਾਂ ਨੇ ਸਾਰੀ ਆਪਣੀ ਜ਼ਿੰਦਗੀ ਜਿਹੜੀ ਹੈਗੀ ਆ ਉਹ ਪੰਜਾਬੀਅਤ ਦੇ ਲੇਖੇ ਲਾਈ ਹੈ। ਸੋ ਅੱਜ ਜਿਹੜਾ ਹਜ਼ੂਮ ਹੈ, ਜਿਹੜਾ ਉਹਨਾਂ ਨੂੰ ਭਾਵਭਿੰਨੀ ਸ਼ਰਧਾਂਜਲੀ ਭੇਂਟ ਕਰਨ ਦੇ ਲਈ ਅੱਜ ਇੱਥੇ ਗੁਰੂ ਘਰ ਚ ਆਇਆ ਹੈਗਾ, ਪਹੁੰਚਿਆ ਹੈਗਾ ਦੂਰੋਂ ਚੱਲ ਕੇ, ਉਹਦਾ ਮਕਸਦ ਸਿਰਫ ਇਹੀ ਹੈ ਕਿ ਉਸ ਰੰਗਲੇ ਸੱਜਣ ਨੂੰ ਸਲੂਟ ਕੀਤਾ ਜਾਵੇ ਤੇ ਉਹਦੀਆਂ ਯਾਦਾਂ ਨੂੰ ਤਾਜ਼ਾ ਕੀਤਾ ਜਾਵੇ। ਬੜੇ ਲੋਕਾਂ ਨਾਲ ਗੱਲਬਾਤ ਕੀਤੀ, ਉਹ ਕਹਿੰਦੇ ਕਿ ਜਦੋਂ ਪਾਤਰ ਸਾਹਿਬ ਨਾਲ ਬਹਿੰਦੇ ਸੀ ਨਾ, ਏਦਾਂ ਲੱਗਦਾ ਸੀ ਉਹਨਾਂ ਦੀ ਗੱਲਾਂ ਸੁਣ ਕੇ ਆਪਾਂ ਬੁੱਕ ਪੜ੍ਹ ਲਈ ਕੋਈ ਪੂਰੀ, ਸਾਨੂੰ ਬੁੱਕ ਪੜ੍ਹਨ ਦੀ ਲੋੜ ਨਹੀਂ। ਦੇਖੋ, ਮੇਰੀਆਂ ਤਾਂ ਅਨੇਕਾਂ ਯਾਦਾਂ ਉਹਨਾਂ ਨਾਲ ਜੁੜੀਆਂ ਹੋਈਆਂ ਨੇ ਤੇ ਪਾਤਰ ਸਾਹਿਬ ਨੇ ਹਮੇਸ਼ਾ ਹੀ ਕਹਿੰਦੇ ਨੇ ਅੱਛੀਆਂ ਗੱਲਾਂ ਕੀਤੀਆਂ, ਅੱਛਾ ਗਾਈਡ ਕੀਤਾ, ਇੱਕ ਵੱਡੇ ਭਰਾ ਦੇ ਹੋਣ ਦੇ ਨਾਲ ਅਪਣੱਤ ਦਿੱਤੀ। ਸੋ ਆਈ ਨੈਵਰ ਫੋਰਗੇਟ। ਕੋਈ ਗੱਲ ਕੀ ਜਿਹੜੀ ਪੰਮੀ ਬਾਈ ਦੀ ਉਹਨਾਂ ਨੂੰ ਵਧੀਆ ਲੱਗਦੀ ਹੁੰਦੀ ਸੀ? ਬੜੀਆਂ ਗੱਲਾਂ ਨੇ, ਮੈਂ ਹੁਣ ਇੱਥੇ ਕਿੰਨੀਆਂ ਕੁ ਬੋਲਾਂ, ਕੋਈ ਮਾਹੌਲ ਇਸ ਤਰ੍ਹਾਂ ਦਾ ਹੈਗਾ ਤੇ ਫਿਰ ਕਦੇ ਬੈਠ ਕੇ ਕਰਾਂਗੇ। ਬਹੁਤ ਬਹੁਤ ਸ਼ੁਕਰੀਆ। ਰੰਗਲੇ ਸੱਜਣ ਨੂੰ, ਇੱਕ ਵੱਡੇ ਭਰਾ ਨੂੰ, ਇੱਕ ਵੱਡੇ ਦਾਨਿਸ਼ਮੰਦ ਬੰਦੇ ਨੂੰ ਅੱਜ ਉਹਨਾਂ ਦੀ ਅੰਤਿਮ ਅਰਦਾਸ ਸ਼ਾਮਿਲ ਹੋਣ ਲਈ ਆਇਆ। ਉਹਨਾਂ ਦੀ ਹਮੇਸ਼ਾ ਹੀ ਇਹੀ ਇਸੇ ਗੱਲ ਦੇ ਉੱਤੇ ਤਤਪਰ ਰਹਿੰਦੇ ਸੀ ਕਿ ਕੁਛ ਨਾ ਕੁਛ ਕੀਤਾ ਜਾਵੇ, ਪੰਜਾਬ ਲਈ ਕੀਤਾ ਜਾਵੇ, ਪੰਜਾਬੀਅਤ ਲਈ ਕੀਤਾ ਜਾਵੇ, ਪੰਜਾਬੀ ਜ਼ਬਾਨ ਲਈ ਕੀਤਾ ਜਾਵੇ। ਉਹਨਾਂ ਨੇ ਸਾਰੀ ਆਪਣੀ ਜ਼ਿੰਦਗੀ ਜਿਹੜੀ ਹੈਗੀ ਆ ਉਹ ਪੰਜਾਬੀਅਤ ਦੇ ਲੇਖੇ ਲਾਈ ਹੈ। ਸੰਸਕਾਰ ਤੇ ਵੀ ਪਹੁੰਚੇ ਸੀ, ਅੱਜ ਭੋਗ ਤੇ ਵੀ ਪਹੁੰਚੇ ਹੋ, ਕਿਵੇਂ ਦੇਖਦੇ ਹੋ ਕਿ ਜਿਸ ਨਾਲ ਬਹਿ ਕੇ ਕਦੀ ਗੱਲਾਂ ਕੀਤੀਆਂ ਹੁੰਦੀਆਂ ਉਹਦੀ ਭੋਗ ਤੇ ਆਏ ਅੱਜ, ਕਿਵੇਂ ਦਾ ਮਹਿਸੂਸ ਹੁੰਦਾ? ਦੇਖੋ, ਇੱਕ ਰੰਗਲੇ ਸੱਜਣ ਨੂੰ, ਇੱਕ ਵੱਡੇ ਭਰਾ ਨੂੰ, ਇੱਕ ਵੱਡੇ ਦਾਨਿਸ਼ਮੰਦ ਬੰਦੇ ਨੂੰ ਅੱਜ ਉਹਨਾਂ ਦੀ ਅੰਤਿਮ ਅਰਦਾਸ ਸ਼ਾਮਿਲ ਹੋਣ ਲਈ ਆਇਆ, ਸਲੂਟ ਕਰਨ ਆਇਆ। ਉਹਨਾਂ ਦੀਆਂ ਜੋ ਉਹਨਾਂ ਨੇ ਇਸ ਸਮਾਜ ਦੇ ਵਿਚ ਰਹਿ ਕੇ ਵਿਚਰੇ ਨੇ, ਜੋ ਕੰਮ ਕੀਤੇ ਨੇ, ਜਿਸ ਤਰ੍ਹਾਂ ਦੀਆਂ ਲਿਖਤਾਂ ਲਿਖੀਆਂ ਨੇ, ਜੋ ਸਿਹਤ ਸਾਨੂੰ ਲੋਕਾਂ ਨੂੰ ਦਿੱਤਾ ਪੰਜਾਬੀਆਂ ਨੂੰ, ਉਹ ਕਦੇ ਵੀ ਇਸ ਕੈਨਵਸ ਚੋਂ ਅਲੋਪ ਨਹੀਂ ਹੋਊਗਾ। ਸਦਾ ਸੁਰਜੀਤ ਪਾਤਰ ਦਾ ਨਾਮ ਗੂੰਜੂਗਾ ਤੇ ਪਾਤਰ ਸਾਹਿਬ ਦੀ ਬਹੁਤ ਵੱਡੀ ਕੰਟਰੀਬਿਊਸ਼ਨ ਰਹੀ ਹੈ
ਸਾਡੀ ਮਾਂ ਬੋਲੀ ਦੇ ਲਈ, ਸਾਡੇ ਪੰਜਾਬ ਦੇ ਲਈ, ਸਾਡੀ ਪੰਜਾਬੀਅਤ ਦੇ ਲਈ ਸੇ ਅੱਜ ਉਸ ਰੰਗਲੇ ਸੱਜਣ ਨੂੰ ਅਰਦਾਸ ਕਰਨ ਆਇਆ ਕਿ ਸੱਚੇ ਪਾਤਸ਼ਾਹ ਉਹਨਾਂ ਨੂੰ ਆਪਣੇ ਚਰਨਾਂ ਚ ਨਿਵਾਸ ਬਖਸ਼ੇ ਤੇ ਪਰਿਵਾਰ ਨੂੰ ਪਾਣਾ ਮੰਨਣ ਦਾ ਬਲ ਬਖਸ਼ੇ। ਇੱਕ ਅਜਿਹੀ ਯਾਦ ਜੋ ਕਹਿੰਦੇ ਸੀ ਕਿ ਮੈਂ ਪੰਜਾਬੀ ਇੰਡਸਟਰੀ ਵਿਚ ਇਹ ਬਦਲਾਵ ਦੇਖਣਾ ਚਾਹੁੰਦਾ ਆਉਣ ਵਾਲੇ ਟਾਈਮ ਚ, ਕਹਿੰਦੇ ਸੀ ਕੁਛ? ਦੇਖੋ ਉਹਨਾਂ ਦੀ ਹਮੇਸ਼ਾ ਇਹੀ ਇਸੇ ਗੱਲ ਦੇ ਉੱਤੇ ਤਤਪਰ ਰਹਿੰਦੇ ਸੀ ਕਿ ਕੁਛ ਨਾ ਕੁਛ ਕੀਤਾ ਜਾਵੇ ਪੰਜਾਬ ਲਈ, ਕੀਤਾ ਜਾਵੇ ਪੰਜਾਬੀਅਤ ਲਈ, ਕੀਤਾ ਜਾਵੇ ਪੰਜਾਬੀ ਜ਼ਬਾਨ ਲਈ, ਕੀਤਾ ਜਾਵੇ। ਤੇ ਉਹਨਾਂ ਨੇ ਸਾਰੀ ਆਪਣੀ ਜ਼ਿੰਦਗੀ ਜਿਹੜੀ ਹੈਗੀ ਆ ਉਹ ਪੰਜਾਬੀਅਤ ਦੇ ਲੇਖੇ ਲਾਈ ਹੈ। ਸੋ ਅੱਜ ਜਿਹੜਾ ਹਜ਼ੂਮ ਹੈ ਜਿਹੜਾ ਹੈ ਉਹਨਾਂ ਨੂੰ ਭਾਵ ਭਿੰਨੀ ਸ਼ਰਧਾਂਜਲੀ ਭੇਂਟ ਕਰਨ ਦੇ ਲਈ ਅੱਜ ਇੱਥੇ ਗੁਰੂ ਘਰ ਚ ਆਇਆ ਹੈਗਾ, ਪਹੁੰਚਿਆ ਹੈਗਾ ਦੂਰੋਂ ਚੱਲ ਕੇ, ਉਹਦਾ ਮਕਸਦ ਸਿਰਫ ਇਹੀ ਹੈ ਕਿ ਉਸ ਰੰਗਲੇ ਸੱਜਣ ਨੂੰ ਸਲੂਟ ਕੀਤਾ ਜਾਵੇ ਤੇ ਉਹਦੀਆਂ ਯਾਦਾਂ ਨੂੰ ਤਾਜ਼ਾ ਕੀਤਾ ਜਾਵੇ। ਬੜੇ ਲੋਕਾਂ ਨਾਲ ਗੱਲਬਾਤ ਕੀਤੀ, ਉਹ ਕਹਿੰਦੇ ਕਿ ਜਦੋਂ ਪਾਤਰ ਸਾਹਿਬ ਨਾਲ ਬਹਿੰਦੇ ਸੀ ਨਾ ਏਦਾਂ ਲੱਗਦਾ ਸੀ ਉਹਨਾਂ ਦੀ ਗੱਲਾਂ ਸੁਣ ਕੇ ਆਪਾਂ ਬੁੱਕ ਪੜ੍ਹਦੀ ਕੋਈ ਪੂਰੀ, ਸਾਨੂੰ ਬੁੱਕ ਪੜ੍ਹਨ ਦੀ ਲੋੜ ਨਹੀਂ। ਦੇਖੋ ਮੇਰੀਆਂ ਤਾਂ ਅਨੇਕਾਂ ਯਾਦਾਂ ਉਹਨਾਂ ਨਾਲ ਜੁੜੀਆਂ ਹੋਈਆਂ ਨੇ ਤੇ ਪਾਤਰ ਸਾਹਿਬ ਨੇ ਹਮੇਸ਼ਾ ਹੀ ਕਹਿੰਦੇ ਨੇ ਅੱਛੀਆਂ ਗੱਲਾਂ ਕੀਤੀਆਂ, ਅੱਛਾ ਗਾਈਡ ਕੀਤਾ, ਇੱਕ ਵੱਡੇ ਭਰਾ ਦੇ ਹੋਣ ਦੇ ਨਾਲ ਅਪਨੱਤ ਦਿੱਤੀ। ਸੋ ਆਈ ਨੈਵਰ ਫੋਰਗੇਟ। ਕੋਈ ਗੱਲ ਹੈਗੀ ਕਿ ਜਿਹੜੀ ਪੰਮੀ ਬਾਈ ਦੀ ਉਹਨਾਂ ਨੂੰ ਵਧੀਆ ਲੱਗਦੀ ਹੁੰਦੀ ਸੀ? ਬੜੀਆਂ ਗੱਲਾਂ ਨੇ, ਮੈਂ ਹੁਣ ਇੱਥੇ ਕਿੰਨੀਆਂ ਕੁ ਬੋਲਾਂ, ਕੋਈ ਮਾਹੌਲ ਇਸ ਤਰ੍ਹਾਂ ਦਾ ਹੈਗਾ ਤੇ ਫਿਰ ਕਦੇ ਬੈਠ ਕੇ ਕਰਾਂਗੇ। ਬਹੁਤ ਬਹੁਤ ਸ਼ੁਕਰੀਆ।